ਸਾਡੀ ਤਰਤੀ ਸਾਡੇ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਅਲੀਪੁਰ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਜਿੱਥੇ ਕਿ ਗੁਰਮਤ ਪ੍ਰਚਾਰ ਜਥਾ ਮੱਲਾ ਵਾਲਾ ਖਾਸ ਅਤੇ ਗੁਰਦੁਆਰਾ ਕਮੇਟੀ ਪ੍ਰਧਾਨ ਪਿੰਡ ਯਾਰੇਸ਼ਾ ਵਾਲਾ ਦੇ ਜਤਰਾ ਸਦਕਾ ਪਿੰਡ ਅਲੀਪੁਰ ਵਿਖੇ ਜਿਹੜਾ ਦਰਖਤ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਅਤੇ ਕੁਦਰਤੀ ਖੇਤੀ ਨੂੰ ਬਣਾਉਣਾ ਚਾਹੀਦਾ ਹੈ ਦਰਖਤ ਲਗਾ ਕੇ ਸਾਨੂੰ ਇਸ ਧਰਤੀ ਮਾਤਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਔਰ ਅਰਪਣ ਕਰਨਾ ਚਾਹੀਦਾ ਹੈ ਕਿ ਇੱਕ ਰੁੱਖ 100 ਸੁੱਖ ਦੇ ਤਹਿਤ ਅਸੀਂ ਆਪਣੇ ਮਨੁੱਖੀ ਜਾਂਮੇ ਦੇ ਵਿੱਚ ਕਟੋ-ਕਟ ਪੰਜ ਰੁੱਖ ਜ਼ਰੂਰ ਲਾਈਏ ਔਰ ਰੁੱਖ ਲਾ ਕੇ ਜਿਹੜਾ ਇਸ ਵਾਤਾਵਰਨ ਨੂੰ ਸੰਭਾਲੀਏ ਔਰ ਵਾਤਾਵਰਨ ਸੰਭਾਲ ਕੇ ਅਸੀਂ ਜਿਹੜਾ ਵਾਦ ਵਾਦ ਇਨਸਾਨੀਅਤ ਦੀ ਸੇਵਾ ਕਰੀਏ